ਵੈਕਸੀਨੇਸ਼ਨ ਤੋਂ ਨਹੀਂ ਡਰਨਾ ਚਾਹੀਦਾ, ਬਿਮਾਰੀ ਤੋਂ ਡਰਨਾ ਚਾਹੀਦਾ ਆ। ਅਤੇ ਮੈਂ ਕਹੂੰਗੀ ਤੁਸੀਂ ਟੀਕਾ ਲਗਾਓ ਅਤੇ ਬਿਮਾਰੀ ਭਜਾਓ। ਆਪਾਂ ਜ਼ਿਆਦਾ ਵਲਨਰੇਬਲ ਹੈਗੇ ਇਸ ਬਿਮਾਰੀ ਦੀ, ਅਤੇ ਸਾਡੇ ਲਈ ਵੈਕਸੀਨ ਜ਼ਰੂਰੀ ਜ਼ਰੂਰੀ ਹੈਗੀ ਅਤੇ ਲਾਉਣੀ ਚਾਹੀਦੀ ਹੈ। ਆਪਾਂ ਨੂੰ ਡਰ ਨਹੀਂ ਹੈਗਾ ਕਰਕੇ ਅਸੀਂ, ਮੈਂ ਤਾਂ ਮੇਰੇ ਹਸਬੈਂਡ ਨੇ, ਅਸੀਂ ਦੋਨਾਂ ਨੇ ਲਵਾ ਲਿਆ। ਸਾਨੂੰ ਕੋਈ ਉਹਦਾ ਬਾਅਦ ਵਿੱਚ ਕੋਈ ਇੱਦਾਂ ਦਾ ਨਹੀਂ ਹੋਇਆ ਕਿ ਸਾਨੂੰ ਕੋਈ ਬੁਖਾਰ ਚੜਿਆ। ਦੋਨੇ ਮੇਰੇ ਭੈਣਾਂ ਭਰਾਵਾਂ ਨੂੰ ਸਾਰਿਆਂ ਦੇ ਇੱਥੇ ਸਾਰਿਆਂ ਦੇ ਇੰਜੈਕਸ਼ਨ ਲੱਗ ਚੁੱਕੇ ਆ। ਉਹਨਾਂ ਨੇ ਕਿਸੇ ਨੇ ਇੱਥੇ ਕਿਹਾ ਕਿ ਕੋਈ ਸਾਈਡ ਇਫੈਕਟ ਸੀਗੀ ਜਾਂ ਕੁਛ ਵੀ ਇੱਦਾਂ, ਕੋਈ ਚੀਜ਼ਾਂ ਉਹਨਾਂ ਨੂੰ ਫਰਕ ਨਹੀਂ ਪਿਆ। ਕਹਿੰਦੇ ਥੋੜ੍ਹੀ ਬਹੁਤੀ ਬਾਂਹ ਦੁਖਦੀ ਸੀਗੀ ਮਾੜੀ ਜਿਹੀ, ਉਹ ਤਾਂ ਹੁੰਦਾ ਹੀ ਹੁੰਦਾ ਆ। ਥੋੜ੍ਹਾ ਜਿਹਾ ਡਰ ਤਾਂ ਹੁੰਦਾ ਹੀ ਆ, ਕਿਉਂਕਿ ਜਿੱਦਾਂ ਹੁਣ ਫਲੂ ਦਾ ਇੰਜੈਕਸ਼ਨ ਲੱਗਦਾ ਸੀ ਉਦੋਂ ਵੀ ਲੋਕ ਡਰਦੇ ਸੀ ਕਿ ਅਸੀਂ ਨਹੀਂ ਲਵਾਉਣਾ ਜਾਂ ਕਿੱਦਾਂ, ਅਤੇ ਸਾਈਡ ਇਫੈਕਟ ਵੀ ਮੇਰੇ ਖਿਆਲ 'ਚ ਥੋੜ੍ਹੇ ਬਹੁਤੇ ਤਾਂ ਹੋ ਹੀ ਸਕਦੇ ਆ। ਇਹ ਵੈਕਸੀਨ ਸਾਰਾ ਸਾਰੇ ਪਾਸੇ ਉਹਨੇ ਟੈਸਟ ਕੀਤਾ ਆ, ਇਸ ਕਰਕੇ ਸਾਨੂੰ ਇੰਨਾ ਫਿਕਰ ਨਹੀਂ ਸੀ, ਪਰ ਅਸੀਂ ਲਵਾ ਲਿਆ। ਉਹ ਤੋਂ ਬਾਅਦ ਅਸੀਂ ਤੰਦਰੁਸਤ ਰਹੇ। ਮੈਂ ਆਪਣਾ ਖਾਣਾ ਪੀਣਾ ਬਣਾ ਕੇ ਗਈ ਸੀ, ਪਰ ਮੈਂ ਕਿਹਾ ਕਿ ਸ਼ਾਇਦ ਮੈਨੂੰ ਕੋਈ ਹੋਊਗਾ ਉਹਦਾ ਸਾਈਡ ਇਫੈਕਟ ਜਾਂ ਕੁਛ ਸਭ ਹੋਊਗਾ ਉਹਦਾ ਅਸਰ, ਪਰ ਨਹੀਂ, ਕੁਛ ਨਹੀਂ ਹੋਇਆ। ਵੈਕਸੀਨ ਬਾਅਦ 'ਚ ਲਵਾ ਕੇ ਨਾ ਇੱਦਾਂ ਨਾ ਸੋਚੋ ਇੱਥੇ ਦੂਸਰਾ ਨਾ ਇੱਥੇ ਤੁਸੀਂ ਜਾਂ ਬਾਹਰ ਜਿੱਦਾਂ ਇੱਥੇ ਨੋਰਮਲ ਹੋ ਗਿਆ ਸਾਰਾ ਕੁਛ, ਇੱਦਾਂ ਨੋਰਮਲ ਕੁਛ ਨਹੀਂ ਹੋਣਾ। ਫਿਰ ਵੀ ਤੁਹਾਨੂੰ ਆਪਣਾ ਖਿਆਲ ਰੱਖਣਾ ਪੈਣਾ ਆ, ਅਤੇ ਇੱਕ ਦੂਜੇ ਤੋਂ 2 ਮੀਟਰ ਦੀ ਦੂਰੀ 'ਤੇ ਰਹਿਣਾ, ਅਤੇ ਆਪਣੇ ਹੱਥ ਜੇ ਸਾਬਣ ਨਾਲ ਧੋਣੇ ਆ 20 ਸੈਕਿੰਡ ਧੋਂਦੇ ਰਹਿਣਾ, ਅਤੇ ਜੇ ਦੂਜਾ ਆਪਾਂ ਨੂੰ ਮਿਲਦਾ ਆ ਹੱਥਾਂ ਨੂੰ ਲਾਉਣ ਲਈ ਤਾਂ ਉਹ ਲਾਉਂਦੇ ਰਹਿਣਾ। ਹੁਣ ਆਪਾਂ ਤਾਂ ਸਾਰੇ ਤਰਸ ਰਹੇ ਹਾਂ ਇੱਥੇ, ਰਾਜਕੀ ਨੂੰ ਆਪਾਂ ਮਿਲੀਏ, ਭੈਣ ਭਰਾਵਾਂ ਨੂੰ ਮਿਲੀਏ, ਸਾਡੇ ਪੋਤਿਆਂ ਨੂੰ ਮਿਲੀਏ, ਪੋਤਿਆਂ ਨੂੰ ਜੱਫੀਆਂ ਪਾਈਏ, ਸਾਰਿਆਂ ਨੂੰ ਇੰਜੈਕਸ਼ਨ ਜਦੋਂ ਲੱਗ ਗਏ ਫਿਰ ਥੋੜ੍ਹਾ ਪਤਾ ਠੀਕ ਹੋਊਗਾ ਕੰਮ। ਸਾਰਿਆਂ ਨੂੰ ਇਹੀ ਸਲਾਹ ਦਊਂਗੀ ਕਿ ਤੁਸੀਂ ਇਹ ਵੈਕਸੀਨੇਸ਼ਨ ਛੇਤੀ ਛੇਤੀ ਲਵਾਓ, ਇਹ ਟੀਕਾ ਲਗਾਓ, ਅਤੇ ਫਿਰ ਆਪਣੇ ਪਰਿਵਾਰਾਂ ਨੂੰ ਅਸੀਂ ਮੁੜ ਕੇ ਮਿਲ ਸਕੀਏ। ਇਹਦੇ ਵਿੱਚ ਕੋਈ ਇੱਦਾਂ ਦੀ ਗੱਲ ਨਹੀਂ ਗੀ ਜਿਹੜੀ ਆਪਾਂ ਨੂੰ ਕੋਈ ਫਿਕਰ ਵਾਲੀ ਹੋਵੇ ਜਾਂ ਆਪਾਂ ਆਪਣੇ ਧਰਮ ਦੇ ਅਨੁਕੂਲ ਨਾ ਹੋਵੇ।